ਨਮਸਕਾਰ ਜੀ ਕਿਦਾਂ ਤੁਸੀਂ ਸਾਰੇ ਤੇ ਘਰ ਵਿੱਚ ਵੱਡੇ ਬਜ਼ੁਰਗ ਸਭ ਠੀਕ ਠਾਕ ਵੱਡੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਨਮਸਕਾਰ ਹੈ ਜੀ ਚੁੱਕੇ ਪਰਨਾਮ ਤੇ ਨਵਾਂ ਸਾਲ ਨਵੀਂ ਸਵੇਰ ਨਵੀਆਂ ਉਮੀਦਾਂ ਖੁਦਾ ਕਰੇ ਕਿ ਖੈਰ ਦੀ ਖਬਰਾਂ ਕੇ ਉਜਾਲੇ ਬਨੇ ਰਹੇ ਨਵੇਂ ਸਾਲ ਵਿੱਚ ਤੁਹਾਡੀ ਤੰਦਰੁਸਤੀ ਤੁਹਾਡੇ ਨਵੇਂ ਲਕਸ਼ ਟੀਚੇ ਤੇ ਨਵੇਂ ਸਫਰ ਦੀ ਸ਼ੁਰੂਆਤ ਦੀ ਸ਼ੁਭ ਕਾਮਨਾਮ ਕਰਦੀ ਮੈਂ ਮਨੀ ਸ਼ਰਮਾ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿਨੀਆਂ। ਆਪਣਾ ਖਿਆਲ ਰੱਖੋ ਪਰਦੇ ਰਹੋ। ਤੇ ਨਵੇਂ ਸਫਰ ਦੀ ਤਿਆਰੀ ਵਿੱਚ ਨਵੇਂ ਚੈਲੰਜ ਵਾਸਤੇ ਤਿਆਰ ਰਹੋ। ਅਸੀਂ ਚੁੱਕਣੀਆਂ ਅਸੀਂ ਡਟੇ ਰਹਿਣਾ ਆ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੇ ਅੰਦਰ ਹੀ ਹੈ। ਤੇ ਅਸੀਂ ਉਹਨਾਂ ਸਮੱਸਿਆਵਾਂ ਨੂੰ ਜਿੱਤ ਵੀ ਲੈਣਾ ਆ। ਪੁਰਾਣੀਆਂ ਸਾਰੀਆਂ ਕਹਾਣੀਆਂ 31 ਦਸੰਬਰ ਨੂੰ ਹੀ ਦਫ਼ਨ ਕਰ ਦੇਣੀਆਂ ਸੀਗੀਆਂ। ਤੇ ਉਹਨੂੰ ਨਵੇਂ ਸਾਲ 'ਚ ਐਂਟਰ ਨਹੀਂ ਕਰਨ ਦੇਣਾ ਆਪਾਂ। ਨਵੇਂ ਸਫ਼ਰ 'ਚ ਨਵੀਆਂ ਚੈਲੰਜ ਜੋ ਆਣਗੇ ਤੇ ਆਪਾਂ ਉਹਨਾਂ ਨੂੰ ਫੇਸ ਵੀ ਕਰਾਂਗੇ ਮੈਂ ਹਮੇਸ਼ਾ ਤੁਹਾਡੇ ਸਾਥ ਰਹਾਂਗੀ ਮੈਨੂੰ ਪਤਾ ਹੈ ਕਿ ਮੈਂ ਸਮਾਂ ਜ਼ਿਆਦਾ ਨਹੀਂ ਦੇ ਪਾ ਰਹੀ ਕਲਾਸਿਸ 'ਚ ਪਰ ਮੇਰੀ ਵੀ ਛੋਟੀ ਜਿਹੀ ਮਜਬੂਰੀ ਹੈ ਬੜੇ ਸਾਰੇ ਸਮੱਸਿਆਵਾਂ ਮਾ ਜੋ ਹੈ ਉਹ ਨਾਲ ਚੱਲੀਆਂ ਹੋਈਆਂ ਹੁੰਦੀਆਂ ਹਨਾ ਤੇ ਜਿਹੜਾ 100 ਨੰਬਰ ਦਾ ਪੇਪਰ ਆਇਆ ਜੀ ਹਰੇਕ ਗਰੁੱਪ ਸੀ ਦੇ ਪੇਪਰ ਵਾਸਤੇ ਜਾਂ 80ਟੀਟੀ ਵਾਸਤੇ ਆਇਆ ਜੋ ਮੈਂ ਸਿੱਧੀ ਜਿਹੀ ਗੱਲ ਕਹਾ ਉकोई ਜ਼ਿਆਦਾ ਔਖਾ ਨਹੀਂ ਹੈ ਜੇ ਤੁਸੀਂ ਪ੍ਰੀਵੀਅਸ ਵੀਡੀਓਜ਼ ਵੇਖੋ ਉਦੋਂ ਵੀ ਮਿਲ ਜਾਣਾ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ 3 ਘੰਟੇ ਦੀ ਇੱਕ ਲੰਮੀ ਕਲਾਸ ਬਣਾ ਕੇ ਆਪਾਂ ਉਹ 100 ਨੰਬਰ ਦਾ ਪੇਪਰ ਜੋ ਹੈ ਉਹ ਕਵਰ ਕਰ ਸਕੀਏ ਠੀਕ ਹੈ ਤੇ ਉਦੋਂ ਤੱਕ ਆਪਣਾ ਖਿਆਲ ਰੱਖਣਾ ਹੈ ਤੇ ਇੱਕ ਵਾਰੀ ਫੇਰ ਤੇ ਮੇਰੇ ਵੱਲੋਂ ਸਭ ਨੂੰ ਜੋ ਹੈ ਉਹ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਆਪਣਾ ਖਿਆਲ ਰੱਖੋ ਜ਼ਿੰਦਗੀ ਜ਼ਿੰਦਾਬਾਦ